ਅੱਜ ਪੰਡਾਲ ਲੱਗਿਆ ਹੋਇਆ, ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ, ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਦਿੰਦਾ ਮੈਨੂੰ, ਉਹਦੀ ਕਿਉਂ ਨਹੀਂ ਫੋਟੋ ਲਾਈ ਗਈ? ਉਹ ਸਾਡਾ ਜਥੇਦਾਰ ਆ, ਉਹ ਬੰਦੀ ਸਿੰਘ ਹੈ, ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ? ਅਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ, ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ, ਉਹਨੂੰ ਛੱਡ ਦਿਓ, ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ CM ਬਣਾ ਕੇ ਬਾਹਰੇ ਕੱਢਣਗੇ। ਜੋ ਸਾਡਾ ਵੀਰ ਦੀਪ ਸਿੱਧੂ ਬਾਰਸ ਪੰਜਾਬ ਦੇ ਪਾਰਟੀ ਬਣਾ ਕੇ ਗਿਆ, ਉਸੇ ਥੱਲੇ ਇਹ ਚੋਣਾਂ ਲੜੀਆਂ ਜਾਣਗੀਆਂ ਨੇ। ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ, ਤੇ ਅਕਾਲ ਤਖਤ ਸਾਹਿਬ ਤੇ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬੈਠੇਗਾ, ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ। ਸੰਗਲ ਪਾ ਪਾ ਕੇ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ, ਫਿਰ ਦੇਖਾਂਗੇ ਕਿ ਪੰਜਾਬ ਨੇ, ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ। ਗੁਰੂ ਰੂਪ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਾਚਾ ਗੁਰੂ ਲਾਧੋਰੇ ਦੇ ਪਾਵਨ ਦਿਹਾੜੇ 'ਤੇ ਪੰਥਕ ਇਕੱਤਰਤਾ ਦੇ ਵਿੱਚ ਪਹੁੰਚੇ ਹਾਂ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਅੱਜ ਠਾਠਾ ਮਾਰਦਾ ਇਕੱਠ, ਇਸ ਗੱਲ 'ਤੇ ਮੋਹਰ ਲਾਉਂਦਾ ਕਿ ਜਿਹੜਾ ਪੰਜਾਬ ਹੈ, ਜਿਹੜੇ ਨੌਜਵਾਨੀ ਹੈ, ਉਹਨਾਂ ਨੇ ਆਪਣਾ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੰਨ ਲਿਆ। ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਥਕ ਲੀਡਰ ਉੱਭਰ ਕੇ ਆਏ ਨੇ, ਕਿ ਜਦੋਂ ਵੀ ਖਾਲਸਾ ਰਾਜ ਆਇਆ ਨਾਲ ਗਦਾਰ ਵੀ ਹੁੰਦੇ ਆਏ ਨੇ। ਖਾਲਸਾ ਜੀ, ਗਦਾਰਾਂ ਨੂੰ ਕੋਈ ਨਹੀਂ ਪੁੱਛਦਾ, ਪਰ ਜਿਹੜੇ ਚੰਗੇ ਆਗੂ ਹੁੰਦੇ ਨੇ, ਪੰਜਾਬ ਦੀ ਗੱਲ ਕਰਨ ਵਾਲੇ ਪੰਥ ਦਰਦੀ ਹੁੰਦੇ ਨੇ, ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ। ਮੈਨੂੰ ਇੱਕ ਗੱਲ ਦੱਸੋ, ਕਿਸੇ ਗੁਰਦੁਆਰੇ ਦੇ ਵਿੱਚ ਬਾਦਲ ਗਦਾਰ ਦੀ ਫੋਟੋ ਪਿੱਛੇ ਰੌਲਾ ਪਿਆ ਵੀ ਉਹਦੀ ਫੋਟੋ ਲਾਉਣੀਆਂ ਲੱਗੀ ਹੈ? ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਹਰੇਕ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਹੈ। ਇਹ ਹੁੰਦੇ ਨੇ ਕਰਤਾਰ। ਇਹ ਨਾ ਸੋਚਿਓ ਸੋਸ਼ਲ ਮੀਡੀਆ ਦਾ ਯੁੱਗ ਹੈ, ਵੀ ਅਸੀਂ ਅੰਦਰ ਖਾਤੇ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਪੰਥ ਦੀ ਪਿੱਠ ਦੇ ਵਿੱਚ ਸੁਰਾਂ ਮਾਰ ਦਿਆਂਗੇ, ਹੁਣ ਨਹੀਂ ਮਾਰਨ ਦਿੰਦੇ। ਅਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ, ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ, ਉਹਨੂੰ ਛੱਡ ਦਿਓ, ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ CM ਬਣਾ ਕੇ ਬਾਹਰੇ ਕੱਢਣਗੇ। ਭਾਈ ਅੰਮ੍ਰਿਤਪਾਲ ਸਿੰਘ, ਸਾਨੂੰ ਹੋਰ ਕੋਈ ਪਾਰਟੀ ਨਹੀਂ ਚਾਹੀਦੀ। ਜੋ ਸਾਡਾ ਵੀਰ ਦੀਪ ਸਿੱਧੂ ਬਾਰਸ ਪੰਜਾਬ ਦੇ ਪਾਰਟੀ ਬਣਾ ਕੇ ਗਿਆ, ਉਸੇ ਥੱਲੇ ਇਹ ਚੋਣ
ਜਿਹੜੀਆਂ ਲੜੀਆਂ ਜਾਣਗੀਆਂ ਨੇ, ਤੁਸੀਂ ਤੁਹਾਨੂੰ ਮਨਜ਼ੂਰ ਹੈ ਕਿ ਨਹੀਂ? ਹੱਥ ਖੜਕੇ ਚਕਾਲ ਛੱਡੋ। ਤੁਸੀਂ ਇਕੱਲਾ ਇਕੱਲਾ ਪੰਜਾਬ ਦਾ ਵਾਰਸ ਹੋ, ਪੰਜਾਬ ਦਾ ਵਾਰਸ ਅੱਜ ਜਾਗ ਚੁੱਕਿਆ। ਪੰਜਾਬ ਸਰਕਾਰ ਸੈਂਟਰ ਸਰਕਾਰ ਆ ਦੇਖ ਲੈ, ਠਾਠਾ ਮਾਰਦਾ ਇਕੱਠ, ਆਪ ਮੁਹਾਰੇ ਹੋਇਆ ਇਕੱਠ, ਇੱਕ ਪਾਸੇ ਸਰਕਾਰੀ ਇਕੱਠ, ਉੱਧਰ ਵੀ ਨਿਗਾਹ ਮਾਰ ਲਿਓ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਪੰਜਾਬ ਦਾ ਸੀਐਮ ਹੋਵੇਗਾ ਸਾਡਾ ਉਹ ਯੋਧਾ, ਆ ਉਹੀ ਧਰਤੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਮੇਂ 22 ਮੰਜੀਆਂ ਡੱਠੀਆਂ ਸੀ, ਤੇ ਸੱਚੇ ਸਿੱਖ ਨੇ ਉਹ ਨਕਲੀ ਗੁਰੂਆਂ ਨੂੰ ਨਕਾਰ ਕੇ ਇੱਕ ਸੱਚਾ ਗੁਰੂ ਲੱਭਿਆ ਸੀ, ਤੇ ਅੱਜ ਸੱਚੇ ਗੁਰੂ ਨੂੰ ਇੱਕ ਸੱਚੇ ਲੀਡਰ ਦੀ ਸਿੱਖ ਦੀ ਭਾਲ ਸੀ, ਉਹ ਅੰਮ੍ਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਮਿਲ ਗਿਆ, ਤੁਹਾਨੂੰ ਦੇ ਦਿੱਤਾ। ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ, ਤੇ ਅਕਾਲ ਤਖਤ ਸਾਹਿਬ ਤੇ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬੈਠੇਗਾ, ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ। ਫਿਰ ਦੇਖਾਂਗੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ, ਸੰਗਲ ਪਾ ਪਾ ਕੇ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ। ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ, ਇਹ ਫਿਰ ਪੰਥ ਫੈਸਲਾ ਲਊਗਾ ਖਾਲਸਾ ਜੀ। ਇਸ ਕਰਕੇ ਮੇਰੀ ਆਪਦੇ ਚਰਨਾਂ ਦੇ ਵਿੱਚ ਬੇਨਤੀ ਆ, ਅੱਜ ਪੰਡਾਲ ਲੱਗਿਆ ਹੋਇਆ, ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ, ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਦਿੰਦਾ ਮੈਨੂੰ, ਉਹਦੀ ਕਿਉਂ ਨਹੀਂ ਫੋਟੋ ਲਾਈ ਗਈ? ਉਹ ਸਾਡਾ ਜਥੇਦਾਰ ਆ, ਉਹ ਬੰਦੀ ਸਿੰਘ ਹੈ, ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ? ਇਸ ਕਰਕੇ ਤੁਸੀਂ ਸਮਝੋ, ਭਾਈ ਜਗਤਾਰ ਸਿੰਘ ਹਵਾਰਾ ਪੂਰੇ ਕੌਮ ਨੇ ਥਾਪਿਆ, ਪੂਰੇ ਸਿੱਖ ਪੰਥ ਨੂੰ ਜਥੇਦਾਰ ਮੰਨਦੀ ਹੈ, ਉਹਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ। ਇਸ ਕਰਕੇ ਸਰਕਾਰਾਂ ਨੂੰ ਅਸੀਂ ਜਿਹੜੇ ਪੰਥ ਦਰਦੀਆਂ ਨੂੰ ਕਹਿੰਦੇ ਹਾਂ, ਬਾਜ਼ ਆ ਜਾਓ, ਇਹ ਸਾਰਾ ਕੁਛ ਦੇਖਦੇ ਨੇ ਲੋਕ, ਸਾਰਾ ਕੁਛ ਸੋਸ਼ਲ ਮੀਡੀਆ ਦਾ ਯੁੱਗ ਹੈ, ਸਾਨੂੰ ਸਾਰਾ ਕੁਛ ਦਿੰਦਾ। ਇੱਕ ਵਾਰੀ ਤੁਹਾਨੂੰ ਮੌਕਾ ਦਿੱਤਾ ਹੈ ਤੇ ਪੰਥ ਨੇ ਇੱਕ ਵਾਰੀ ਮੌਕਾ ਦੇਣਾ ਹੈ, ਬਾਰ ਬਾਰ ਮੌਕੇ ਨਹੀਂ ਮਿਲਣੇ। ਇਸ ਕਰਕੇ ਤੁਸੀਂ ਪੰਥ ਦੀ ਗੱਲ ਕਰੋ, ਅਸੀਂ ਪੰਥ ਦੇ ਨਾਲ ਹੈ, ਤੇ ਪੰਚ ਪ੍ਰਧਾਨੀ ਦੀ ਗੱਲ ਹੋਈ ਹੈ, ਉਹੀ ਗੱਲਾਂ ਕਰੇ। ਸਾਨੂੰ ਨਾ ਮੈਂ MP ਬਣਨਾ, ਨਾ MLA ਬਣਨਾ, ਨਾ ਮੈਂ ਇਲੈਕਸ਼ਨ ਲੜਨੀ ਹੈ ਕਿਸੇ ਸ਼੍ਰੋਮਣੀ ਕਮੇਟੀ ਦੀ, ਮੈਨੂੰ ਨਹੀਂ ਲੋੜ ਹੈ ਨਾ ਉਹਦਿਆਂ ਦੀ, ਮੈਂ ਤਾਂ ਸੱਚ ਦੀ ਗੱਲ ਕਰਨੀ ਹੈ। ਜਿਹੜੀ ਪੰਥ ਦੀ ਗੱਲ ਕਰੂਗਾ, ਪੰਜਾਬ ਦੀ ਗੱਲ ਕਰੂਗਾ, ਕਿਸਾਨੀ ਦੀ ਗੱਲ ਕਰੂਗਾ, ਅਸੀਂ ਉਹਦੇ ਨਾਲ ਖੜੇ ਹਾਂ। ਆਓ ਉਹਨਾਂ ਪੰਜਾਂ ਸਿੰਘਾਂ ਨੂੰ ਚੁਣੀਏ ਜਿਹੜੇ ਇਹਨਾਂ ਅਹੁਦਿਆਂ ਦਾ ਲਾਲਚ ਤਿਆਗ ਕੇ ਸਿਰਫ ਪੰਜ ਪ੍ਰਧਾਨੀ ਦੀ ਗੱਲ ਕਰਨ ਤੇ ਉਹ ਸੇਧ ਦੇ ਸਕਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਉਹਨਾਂ ਚੁੱਕਾਂ ਦੀ ਖਿਮਾ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਕਰਾਉਣਾ, ਉੱਥੇ ਜਿਹੜੇ ਬੰਦੀ ਸਿੰਘ ਨੇ, ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੂਆਣਾ, ਭਾਈ ਪਰਮਜੀਤ ਸਿੰਘ ਪਿਓਰਾ, ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਭਾਈ ਖਹਿੜਾ ਤੇ ਭੁੱਲਰ, ਸਾਰਿਆਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ। ਉਹਨਾਂ ਚਰਨੀ ਹਿੱਲ ਦੇ ਮੋਰਚਾ ਲੱਗਿਆ, ਉੱਥੇ ਵੀ ਪਹੁੰਚਿਆ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਡਾਲ ਲੱਗਿਆ ਹੋਇਆ, ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ, ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਦਿੰਦਾ ਮੈਨੂੰ, ਉਹਦੀ ਕਿਉਂ ਨਹੀਂ ਫੋਟੋ ਲਾਈ ਗਈ? ਉਹ ਸਾਡਾ ਜਥੇਦਾਰ ਆ, ਉਹ ਬੰਦੀ ਸਿੰਘ ਹੈ, ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ? ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ, ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਭਾਈ ਜਗਤਾਰ ਸਿੰਘ ਹਵਾਰਾ ਜਿਹੜਾ
ਪੂਰੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ, ਉਹਨੂੰ ਛੱਡ ਦਿਓ, ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ CM ਬਣਾ ਕੇ ਬਾਹਰੇ ਕੱਢਣਗੇ। ਜੋ ਸਾਡਾ ਵੀਰ ਦੀਪ ਸਿੱਧੂ ਬਾਰਸ ਪੰਜਾਬ ਦੇ ਪਾਰਟੀ ਬਣਾ ਕੇ ਗਿਆ, ਉਸੇ ਥੱਲੇ ਇਹ ਚੋਣਾਂ ਲੜੀਆਂ ਜਾਣਗੀਆਂ ਨੇ। ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਤੇ ਅਕਾਲ ਤਖਤ ਸਾਹਿਬ ਤੇ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬੈਠੇਗਾ, ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ। ਸੰਗਲ ਪਾ ਪਾ ਕੇ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ, ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ।